ਹੋਣ ਹੀ ਨਹੀਂ ਡਿਆ, ਕਿੰਨਾ ਟਾਈਮ ਹੋ ਗਿਆ ਵਾ। ਉਹ ਆ ਗਿਆ ਲੱਗਦਾ। ਆ ਭਰਾ ਬੜਾ ਟਾਈਮ ਲਾਤਾ ਜੀ। ਸੁਣਾ ਕੀ ਹਾਲ ਹੈ? ਠੀਕ ਹੈ ਠੀਕ ਹੈ। ਹੋਰ? ਬਸ ਵਧੀਆ। ਉਹ ਯਾਰ ਬੰਦਾ ਜਿਹੜਾ ਸਪਰੇਅ ਕਰਨਾ, ਹਾਂ, ਤੇ ਸਪਰੇਅ ਜੀ ਕਰਾਉਣਾ ਤਾਂ ਲੇਟ ਹੋ ਗਿਆ। ਪੈਸੇ ਕਢਾਏ ਕਿ ਨਹੀਂ? ਨਹੀਂ ਯਾਰ, ਮੇਰੇ ਕੋਲ ਤੇ ਏਟੀਐਮ 'ਚ ਜਾਇਆ ਨਹੀਂ ਗਿਆ। ਲੈ ਦੱਸ, ਮੈਂ ਤੁਹਾਨੂੰ ਮੋਟਰ ਤੋਂ ਸਿੱਧਾ ਆ ਗਿਆ। ਹਾਂ, ਮੈਂ ਤੈਨੂੰ ਲੋੜ ਹੈ ਤੇ ਮੈਂ ਜਾਵਾਂ। ਏਟੀਐਮ ਕਾਰਡ ਲੈ ਲਾ ਯਾਰ, ਮੈਂ ਫਿਰ ਲੇਟ ਹੋ ਜਾਣਾ। ਏਟੀਐਮ ਐਮਰਜੈਂਸੀ ਕੀ ਪੈ ਗਈ? ਉਹ ਐਮਰਜੈਂਸੀ ਯਾਰ, ਤੈਨੂੰ ਦੱਸਿਆ ਸੀ ਨਾ, ਭਾਬੀ ਤੇਰੀ ਦੇ ਪਿੰਡੋਂ ਫੋਨ ਆਇਆ ਜੀ, ਇਹਦੀ ਮੰਮੀ ਨੂੰ ਹਾਰਟ ਅਟੈਕ ਆ ਗਿਆ ਜੀ, ਉਹ ਦਾਖਲ ਕਰਵਾਈ ਹਸਪਤਾਲ। ਠੀਕ ਆ? ਆਹੋ, ਉੱਦਾਂ ਕਹਿਣ ਡੇ ਠੀਕ ਹੈ, ਹੁਣ ਜਾਵਾਂਗੇ ਤਾਂ ਪਤਾ ਲੱਗੂਗਾ। ਚੱਲ ਠੀਕ ਆ, ਫਿਰ ਉੱਥੇ ਚੱਲਾ। ਮੈਂ ਪੈਸੇ ਦੀ ਲੋੜ ਪੈ ਜਾਂਦੀ ਕਿਤੇ, ਚਾਹੀਦਾ ਪੈਸੇ ਕੋਲ, ਹੈ ਨਾ? ਅਤੇ ਇਸ ਕਰਕੇ ਤੈਨੂੰ ਫੋਨ ਕੀਤਾ ਸੀ। ਤਾਂ ਬਾਪੂ ਤਾਂ ਭਰਾਵਾ ਅੱਗੇ ਬੜਾ ਔਖਾ ਵਾ, ਉਹਨੇ ਅੱਜ ਲੋਕ ਲਾਗ ਲਾ ਤੇ ਸਾਰੇ। ਕੋਈ ਨਹੀਂ, ਬਾਪੂ ਨੂੰ ਹੋਏ ਹੋ ਜੂਗੀ, ਬਾਪੂ ਨਾਲ ਸਲਾਹ, ਤੂੰ ਕਿਹੜਾ ਆਇਆ ਹੁਣ ਕੰਮ ਪਿਆ ਤਾਂ ਕਰ ਗਿਆ ਨਾ। ਇਹ ਹਿਸਾਬ ਨਾਲ ਤਾਂ ਨਹੀਂ ਹੁੰਦੀ, ਜਿੱਦਾਂ ਅੜਿਆ ਉਹ ਨਹੀਂ। ਹੋ ਜੂਗੀ ਹੋ ਜੂਗੀ, ਹੋਰ ਠੀਕ ਆ ਸਭ? ਬਸ ਤੂੰ ਦੱਸ ਦੀ ਕਿਸ ਚੀਜ਼ ਦੀ ਲੋੜ ਹੋਊਗੀ। ਆਹੋ, ਮੈਂ ਫੋਨ ਕਰਾਂਗਾ ਜੇ ਕਿ ਲੋੜ ਪਈ ਨਾ ਤੇ ਕਰਦੀ। ਆਹੋ, ਤੇ ਫੋਨ ਆਪਣਾ ਮਤਲਬ ਧਿਆਨ ਰੱਖੀ ਫੋਨ 'ਚ। ਨਹੀਂ ਨਹੀਂ ਕੋਈ ਨਹੀਂ, ਫੋਨ ਕੋਲ ਲੋੜ ਪਈ ਮੈਂ ਫੋਨ ਕਰਦਾ। ਤੂੰ ਕਰਦੀ ਜਦੋਂ? ਠੀਕ ਆ, ਮੈਂ ਲੇਟ ਹੋ ਗਿਆ ਹੈ। ਬਾਪੂ ਨਾਲ ਵੀ ਨਹੀਂ ਨਾਰਾਜ਼ ਹੋਣਾ ਜ਼ਿਆਦਾ, ਕੋਈ ਗੱਲ ਨਹੀਂ, ਸਭ ਕੁਝ ਤੇਰਾ ਹੀ ਆ। ਇਹ ਤਾਂ ਹੈ, ਪਰ ਉਹ ਨਹੀਂ ਨਾ ਸਮਝਦਾ। ਚੱਲ ਕੋਈ ਨਹੀਂ, ਚੰਗਾ ਫਿਰ। ਓਕੇ ਓਕੇ। ਚਾਚਿਆਂ ਦੇ ਰਿਆ ਦੇ। ਅੱਛਾ, ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ? ਬਹੁ ਤੈਨੂੰ ਮੈਂ ਕੀ ਦੱਸਣਾ ਸੀਗਾ, ਮੈਂ ਟੈਨਸ਼ਨ ਲੈਣੀ ਕੁੜੀ ਨੇ। ਮੰਮੀ ਟੈਨਸ਼ਨ ਏਦਾਂ ਕਿਹੜੀ ਨਹੀਂ ਹੋਈ, ਮੈਨੂੰ ਤੇ ਅਮਨ ਨੇ ਫੋਨ ਕੀਤਾ, ਮੈਂ ਆ ਗਈ, ਨਹੀਂ ਤੇ ਮੈਨੂੰ ਕਿਤੇ ਪਤਾ ਲੱਗਣਾ ਹੈਗਾ। ਚੱਲ ਕੋਈ ਨਹੀਂ, ਇੱਦਾਂ ਨਾ ਕਰੋ, ਕੋਈ ਗੱਲ ਨਹੀਂ, ਠੀਕ ਹੋ ਜਾਊਗਾ, ਕੋਈ ਨਹੀਂ। ਚੁੱਪ ਚੁੱਪ, ਹੁਣ ਮੈਂ ਬਹੁਤ ਠੀਕ ਹੈ, ਅੱਗੇ ਨਾ ਤੂੰ ਨਾ ਟੈਨਸ਼ਨ ਲਓ। ਠੀਕ ਹੈ ਮੰਮੀ, ਹੁਣ ਤੁਹਾਨੂੰ ਮਿਲ ਲਿਆ, ਹੁਣ ਮੈਂ ਵੀ ਠੀਕ ਹਾਂ, ਕੋਈ ਗੱਲ ਨਹੀਂ। ਤੂੰ ਠੀਕ ਰਹਿੰਦੀ ਹੁਣ? ਹਾਂਜੀ ਮੰਮੀ, ਠੀਕ ਹੈ। ਕੋਈ ਨਹੀਂ, ਪਾਪਾ ਜੀ ਤੇਰੇ ਕੁਝ? ਪਾਪਾ ਜੀ ਨਹੀਂ, ਮੰਮੀ ਠੀਕ ਆ, ਉਹ ਵੀ ਇਹਨਾਂ ਕੀ ਬੋਲਣਾ ਹੈ। ਅੱਛਾ, ਠੀਕ ਠਾਕ। ਤੁਹਾਨੂੰ ਟੈਨਸ਼ਨ ਨਾ ਲਿਆ ਕਰ, ਹੋ ਜਾਣਾ, ਮੈਂ ਵੀ ਠੀਕ ਹਾਂ। ਹਾਂ ਮੰਮੀ, ਉਹ ਤਾਂ ਸਭ ਕੁਝ ਠੀਕ ਹੀ, ਬਸ ਇਹੋ ਹੀ ਤੁਹਾਡੀ ਟੈਨਸ਼ਨ ਲੱਗੀ। ਮੈਂ ਤਾਂ ਉਹਨਾਂ ਨੂੰ ਕਿਹੜਾ ਵਾਲਾ ਕਿਹਾ, ਮੈਂ ਮੈਨੂੰ ਦਾਦਾ ਲੈ ਜਾਵਾਂ, ਮੰਮੀ ਨੂੰ ਮਿਲ ਲਾਂਗੇ। ਤੈਨੂੰ ਇਸੇ ਕਰਕੇ ਤੈਨੂੰ ਦੱਸਿਆ ਨਾ? ਮੈਂ ਦੱਸਿਓ ਉਹਨਾਂ ਨੂੰ, ਮੈਂ ਕੁੜੀ ਨੇ ਟੈਨਸ਼ਨ ਲੈਣੀ। ਮੰਮੀ ਇੱਦਾਂ ਥੋੜ੍ਹੀ ਹੁੰਦਾ ਵਾ, ਦੱਸਣਾ ਹੀ ਪੈਂਦਾ ਹੁੰਦਾ ਵਾ। ਅਜੇ ਤੱਕ ਨਹੀਂ ਮੈਂ ਦੋ ਆਉਣ ਡੇ, ਕਿਹਨੂੰ ਫੋਨ ਲਾਵਾਂ? ਡੈਡੀ ਨੂੰ ਲਾ ਕੇ ਪੁੱਛਾਂ ਭਲਾ, ਪਰ ਡੈਡੀ ਉਹਨਾਂ ਦਾ ਤਾਂ ਫੋਨ ਹੀ ਨਹੀਂ ਲੱਗਣਾ, ਉਹ ਤਾਂ ਅਜੇ ਪਲੇਨ ਦੇ ਵਿੱਚ ਹੋਣੇ ਆ। ਅਤੇ ਵੀਰ ਨੂੰ ਲਾਉਣ ਦਾ ਫਾਇਦਾ ਕੋਈ ਨਹੀਂ, ਉਹਨੇ ਉੱਥੇ ਬੈਠੇ ਨੇ ਫਿਕਰ 'ਚ ਹੀ ਪੈਣਾ, ਮੇਰੀ ਕਿਹੜੀ ਹੈਲਪ ਕਰ ਦੇਣੀ। ਗੁਰੂਵਰ ਉੱਠ ਗਏ ਗੱਡੀ ਛੱਡ ਜਾਂਦੇ ਆ। ਮੈਨੂੰ ਡਰ ਲੱਗਣ ਡਿਆ, ਕਿੱਥੇ ਏਦਾਂ ਗੱਡੀ ਛੱਡਣੀ ਆ? ਪੁੱਟ ਤੂੰ ਵੀ ਉੱਠ ਗਿਆ, ਇੱਧਰ ਆ ਮੇਰੇ ਪੁੱਤ, ਇੱਧਰ ਆ ਗੁਰੂ।
ਬਾਬਾ ਜੀ ਨੂੰ ਕਹੋ ਮੇਰੇ ਪਾਪਾ ਆ ਗਏ ਜਲਦੀ ਜਲਦੀ ਘਰ, ਠੀਕ ਆ? ਅੱਜ ਪਾਪਾ ਬੜੇ ਲੇਟ ਹੋ ਗਏ ਆ। ਪੀਲਾ ਮੇਰਾ ਪੁੱਤ ਦੁੱਧ ਸੋਹਣਾ ਜਿਹਾ, ਜੇ ਮੈਂ ਸੋਚੀ ਨੂੰ ਫੋਨ ਲਾ ਕੇ ਪੁੱਛਾਂ ਪਰ ਸਾਡੇ ਦੋਨੋਂ ਦੱਸਿਆ ਹੋਵੇ, ਇੰਨੀ ਲੇਟ ਕਦੀ ਨਹੀਂ ਹੁੰਦੇ ਜਿੰਨੇ ਅੱਜ ਹੋ ਗਏ ਆ। ਡਰ ਲੱਗਣ ਡਿਆ? ਕਾਹਦਾ ਡਰ ਲੱਗਣ ਡਿਆ ਤੈਨੂੰ? ਆਹੋ ਤੈਨੂੰ ਥੋੜ੍ਹੀ ਡਰ ਲੱਗਣਾ, ਡਰ ਤਾਂ ਮੈਨੂੰ ਲੱਗਣ ਡਿਆ। ਮੇਰੇ ਕੋਲ ਡਰਦੇ ਮਾਰੇ ਸਕੂਟਰੀ ਵੀ ਨਹੀਂ ਚੱਲਣ ਦੀ। ਇੱਕ ਮੇਰਾ ਫੋਨ ਆਵੇ, ਫੋਨ ਫੋਨ ਕਰੀ ਜਾਣ ਡਿਆ, ਫੋਨ ਪਤਾ ਨਹੀਂ ਕਿੱਦਾਂ ਆਉਣ ਡਿਆ ਵਿੱਚ ਸਕੂਟਰੀ ਦੇ। ਉਹ ਫੋਨ ਫੋਨ ਰਹਿਣ ਦੇ, ਗਾਂ ਗੱਡੀ ਲਾਈਏ ਤੇ ਨਿਕਲ ਗਏ ਇੱਥੋਂ। ਹਾਏ ਮੈਨੂੰ ਵੇਖ ਤੇ ਲੈਂਦੇ, ਕਿਹਦਾ ਫੋਨ ਆਉਣ ਡਿਆ? ਹਾਏ ਮੇਰੇ ਕੋਲ ਤਾਂ ਫੋਨ ਵੀ ਨਹੀਂ ਫੜਿਆ ਜਾਣ ਡਿਆ। ਹੋ ਪੈਮ ਦਾ ਫੋਨ ਹੈ, ਚੁੱਕ ਚੱਲ, ਚੁੱਕ ਯਾਰ, ਚੁੱਕ, ਕੋਈ ਨੀ, ਮੈਂ ਨਹੀਂ ਚੁੱਕਣਾ, ਮੈਨੂੰ ਨਹੀਂ ਪਤਾ ਮੈਂ ਕੀ ਕਹਾਂ। ਫੋਨ ਚੁੱਕ, ਫੋਨ ਚੁੱਕ, ਮੈਂ ਕੀ ਕਹਾਂ, ਚੁੱਕ ਕੇ ਮੈਨੂੰ ਗੱਲ ਕਰ, ਉਹਨੂੰ ਕਹੀਂ ਉਹ ਆਪਣੀ ਨਾਲ ਦੀ ਨੂੰ ਮਿਲਣ ਗਿਆ ਵਾ। ਜੇ ਪੁੱਛੂ ਤੇ ਤੈਨੂੰ ਅਵਲ ਤੇ ਕੋਈ ਗੱਲ ਨਾ ਕਰੀ, ਜੇ ਪੁੱਛੂ ਤੇ ਆਖੀ ਨਾਲ ਦੀ ਨੂੰ ਮਿਲਣ, ਮੈਂ ਨਹੀਂ ਚੁੱਕਣਾ, ਤੁਸੀਂ ਚੁੱਕ, ਕੱਟ ਤਾਈ ਲੈ, ਫੇਰ ਆ ਜਾਣਾ ਵੇਖੀ। ਤੁਸੀਂ ਪੰਗਾ ਪਾਇਆ, ਮੈਂ ਕੀ ਕਹਾਂ ਹੁਣ, ਆ ਗਿਆ ਈ ਉਹ ਫੇਰ, ਮੈਂ ਨਹੀਂ ਚੁੱਕਣਾ, ਮੈਨੂੰ ਨਹੀਂ ਪਤਾ, ਤੁਸੀਂ ਚਲੋ ਜੋ ਕਹਿਣਾ, ਮੈਨੂੰ ਨਹੀਂ ਪਤਾ, ਮੈਨੂੰ ਅੱਗੇ ਡਰ ਲੱਗਣ ਡਿਆ, ਕਿੱਥੇ ਫਸਾਇਆ ਤੂੰ? ਮੈਂ ਉਹਨੂੰ ਜਾਣਦਾ ਵਾ, ਘਰ ਨੀ ਆਏ, ਘਰ ਆ ਗਏ ਹੁਣੇ ਮੈਡਮ? ਸੱਚ ਦੱਸ, ਸੱਚ, ਮੈਂ ਤੇ ਘਰ ਆ ਗਈ ਜੀ ਮੈਡਮ, ਮੈਂ ਤਾਂ ਘਰ ਵਾਂ, ਆਪਾਂ ਸਰ ਘਰ ਹੀ ਹੁਣੇ ਆ। ਜੇ ਸਰ ਘਰ ਆ ਨਹੀਂ ਆ ਨਾ, ਮੈਂ ਤਾਂ ਹੀ ਤਾਂ ਤੁਹਾਨੂੰ ਫੋਨ ਕਰਨ ਦੀ, ਮੈਂ ਇੰਨੀ ਵਾਰੀ ਫੋਨ ਉਹਨਾਂ ਦਾ ਟਰਾਈ ਕੀਤਾ ਤੇ ਫੋਨ ਹੀ ਨਹੀਂ ਲੱਗਣ ਡਿਆ। ਇੱਕ ਅੱਧੀ ਵਾਰੀ ਬਿਜ਼ੀ ਹੋਇਆ, ਅੱਗੋਂ ਬਾਅਦ ਵਿੱਚ ਪਤਾ ਹੀ ਨਹੀਂ ਲੱਗਾ ਕਿ ਬਸ ਫੋਨ ਉਹਨਾਂ ਦਾ ਨਾ ਲੱਗਣ ਡਿਆ। ਸੱਚ ਦੱਸ ਦੇ, ਸੱਚ ਦੱਸਾਂ ਕੀ? ਸੱਚ ਦੱਸਾਂ ਮੈਂ, ਸੱਚ ਦੱਸ ਤਾਂ ਗਰਲ ਨਵਾਲਦੀ ਨੂੰ ਮਿਲਣ ਗਿਆ, ਕਹਿ ਦੇ ਹਾਂ, ਕਹਿ ਦੇ ਛੇਤੀ ਕਰ। ਸਾਰਾ ਆਪਣੀ ਨਾ ਉਹ ਉਹਨਾਂ ਦੀ ਨਾ ਗਰਲਫ੍ਰੈਂਡ ਹੀ ਉਹਨਾਂ ਨੂੰ ਨਾਲ ਲੈ ਕੇ ਚੱਲ ਗਏ ਜੀ। ਗਰਲਫ੍ਰੈਂਡ? ਹਾਂਜੀ। ਐਦਾਂ ਨਹੀਂ ਹੋ ਸਕਦਾ ਸੁਖ, ਹੈ ਆ ਕਹਿ, ਤੁਹਾਨੂੰ ਕੀ ਪਤਾ, ਐਦਾਂ ਕਦੀ ਵੀ ਨਹੀਂ ਹੋ ਸਕਦਾ ਮੈਡਮ, ਮੈਨੂੰ ਤੇ ਉਹਨਾਂ ਤੇ ਵਿਸ਼ਵਾਸ ਵਾ, ਐਦਾਂ ਕਦੀ ਵੀ ਨਹੀਂ ਹੋ ਸਕਦਾ।
ਜਿੰਨਾ ਕਿਸੇ ਦਾ ਘਰ ਉੱਧਰ ਚ ਇੰਨਾ ਕੁ ਤੇ ਮੈਨੂੰ ਯਕੀਨ ਹੈਗਾ ਹੀ ਉਹਦੇ ਤੇ। ਮੈਮ ਉਹ ਫਿਰ ਮੈਨੂੰ ਵੀ ਅੱਜ ਹੀ ਪਤਾ। ਮੈਂ ਮੈਨੂੰ ਬਸ ਇੰਨਾ ਹੀ ਪਤਾ ਹੈ, ਹੋਰ ਨਹੀਂ ਮੈਨੂੰ ਕੁਝ ਵੀ ਪਤਾ। ਐਦਾਂ ਨਹੀਂ ਹੋ ਸਕਦਾ, ਜੇ ਯਕੀਨ ਹੈ ਤੁਹਾਨੂੰ ਪੂਰਾ ਤੇ ਮੈਨੂੰ ਐਦਾਂ ਕਰੋ, ਤੁਸੀਂ ਆਪਣੇ ਘਰ ਦੀ ਲੋਕੇਸ਼ਨ ਸੈਂਡ ਕਰੋ, ਮੈਂ ਸਵੇਰੇ ਆ ਕੇ ਮਿਲਦੀ ਤੁਹਾਨੂੰ। ਕਰਦੇ 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 ਲੋਕੇਸ਼ਨ ਸੈਂਡ ਕਰੋ। ਤੇਰਾ ਦਿਮਾਗ ਖਰਾਬ ਆ, ਫਸ ਜਾਣਾ ਹੀ ਆਪਾਂ, ਕਿਹੜੀ ਇੱਥੇ ਆ, ਹੈ ਕਿੱਥੇ ਆ, ਆਪਾਂ ਕਿਹੜੀ ਲੋਕੇਸ਼ਨ ਸੈਂਡ ਕਰਾਂ, ਆਪ ਤੇ ਮਰਨਾ ਨਾਲ ਮੈਨੂੰ ਵੀ ਮਰਾਉਣ ਲੱਗਾ ਵਾ। ਘਰ ਦੀ ਲੋਕੇਸ਼ਨ ਕਰਾਂ ਸੈਂਡ ਕੇ ਕਰਵਾ, ਕਿੱਥੇ ਕਰਾਂ, ਘਰ ਜਾ ਕੇ ਕਰ ਦਿੰਨੇ ਆ, ਕਹਿੰਦਾ ਕਹਿੰਦੇ ਹੁਣੇ ਕਰਾਂ, 5 ਮਿੰਟਾਂ 'ਚ ਕਿਹਾ ਆਪਾਂ ਬਾਹਰ ਆ, ਕਿੱਥੇ ਘਰ, ਕਿੱਥੇ ਬਾਹਰ, ਕਿੱਥੇ ਦੱਸਾਂ ਮੈਂ ਕਿਹੜੇ ਬਾਹਰ। ਵੇਖਿਆ ਤੂੰ ਕੀ ਕੀ ਲਫੜਾ ਕੀ ਪਿਆ ਵਾ ਤੇ ਤੂੰ ਕਰਨ ਕੀ ਡਈ, ਫੋਨ ਕੱਟ ਪਰ ਬੰਦ ਕਰ ਫੋਨ, ਨਹੀਂ ਤੇ ਮੈਡਮ ਤੇਰਾ ਰਾਦਾ ਫੇਰ ਲਾਓਗੇ ਨਾ। ਉਹ ਗੱਡੀ ਮੈਂ ਗਾਹ ਲਾਵਾਂ, ਕੋਈ ਆ ਜਾਊਗਾ ਉਧਰੋਂ ਤੇ ਫਾ ਪੈਣਾ ਹੀ ਸਿਆਪੇ ਨੂੰ ਫੜੇ ਜਾਣਾ। ਕਿਆ ਫਿਰ ਤੁਸੀਂ ਕਹਿੰਦੇ ਮੈਡਮ ਨੂੰ, ਮੈਂ ਕੀ ਕਹਾਂ, ਚੱਲ ਤੇ ਤੇਰਾ ਕੀ ਰੱਦਾ ਮੈਡਮ ਨੇ, ਮੈਨੂੰ ਫੇਰ ਸਾਬੀ ਸ਼ੱਕ ਪੈ ਜਾਣਾ ਹੀ ਮੈਡਮ ਨੂੰ, ਨਾ ਕਰੋ ਤੁਸੀਂ ਮੇਰਾ ਫੋਨ ਬੰਦ ਕਰ ਆਪਾਂ, ਮੇਰੀ ਗੱਲ ਸੁਣੋ, ਮੇਰਾ ਫੋਨ ਫੜਾਓ ਆ, ਫੇਰ ਵੇਖ ਲਓ ਮੈਡਮ ਦਾ ਫੋਨ ਆਉਣ ਡਿਆ, ਹੁਣ ਮੈਂ ਕੀ ਕਹਾਂ ਦੱਸੋ ਮੈਨੂੰ। ਇੱਕ ਤੇ ਮੈਡਮ, ਹੈਲੋ ਹੈਲੋ, ਹਾਂਜੀ ਮੈਂ ਮੈਨੂੰ ਹੁਣੇ ਲੋਕੇਸ਼ਨ ਸੈਂਡ ਕਰੋ। ਮੈਂ ਲੋਕੇਸ਼ਨ, ਮੈਂ ਨਾ ਇੱਧਰ ਕਿਸੇ ਦੇ ਘਰ ਬੈਠੇ ਆ, ਬਾਅਦ ਚ ਕਹਿ ਕਰਦੇ ਆ। ਨਹੀਂ ਮੈਨੂੰ ਹੁਣੇ ਲੋਕੇਸ਼ਨ ਚਾਹੀਦੀ ਹੈ ਮੈਡਮ, ਮੈਂ ਨਾ ਲਾ ਕੇ ਦੇ ਕਵਾਂ, ਕਹਿ ਕਿਸੇ ਦੇ ਘਰ ਬੈਠੇ ਕਿੱਥੇ ਕੀ ਕਹਿਣਾ ਮੈਡਮ, ਮੈਂ ਨਾ ਲਾ ਕੇ ਆਏ ਜੀ ਕਿਸੇ ਦੇ ਘਰ, ਮੈਂ ਤੁਹਾਨੂੰ ਘਰ ਜਾ ਕੇ ਪਾਉਂਦੀ ਜੀ ਲੋਕੇਸ਼ਨ। ਫੋਨ ਵੀ ਕੱਟ ਦਿੱਤਾ ਵਾ, ਹੁਣ ਕਿੱਦਾਂ ਦੀਆਂ ਪਾਉਣਾ ਵਾਲੀਆਂ ਗੱਲਾਂ ਕਰਨ ਦੀ, ਤਾਂ ਹੀ ਮੁੰਡੇ ਉਹਨੂੰ ਖੇਡ ਚੜ੍ਹਦੀ ਹੁੰਦੀ ਸੀ ਨਾ, ਤੇ ਆਪਣੀ ਸੈਂਸ ਤੁਹਾਡੀ ਕੰਮ ਲੈਂਦੀ ਕਿ ਕਿੱਦਾਂ ਦੀ ਗੱਲ ਮੈਂ ਕਰਨੀ ਕਿੱਦਾਂ ਦੀ ਨਹੀਂ ਕਰਨੀ। ਕਿੱਥੇ ਚੱਲਿਆ ਮਗਰ, ਇੱਧਰ ਆ ਮੇਰੇ ਕੋਲ, ਇੱਧਰ ਆ ਸੋਨੇ, ਇੱਧਰ ਆ, ਇੱਧਰ ਆ ਤੇ ਖੁਦ ਕੋਲ ਪਾਣੀ ਹੋਣ ਦੇ ਤੇ ਮੇਰੀ ਗੱਲ ਸੁਣ, ਇੱਕ ਗੱਡੀ ਦੇ ਵਿੱਚ ਸਰ ਦਾ ਫੋਨ ਪਿਆ ਵਾ, ਆਈਫੋਨ ਆ, ਮਹਿੰਗਾ ਵਾ, ਉਹ ਕੱਢ ਲੈਂਦਾ ਵਾ। ਮੈਂ ਦੱਸੋ ਮੈਮ ਕਹਿਣ ਦੇ ਕਿ ਫੋਨ ਜਿਹੜਾ ਵਾ ਦੋ ਵਾਰੀ ਬਿਜ਼ੀ ਕੀਤਾ, ਕਿੰਨੇ ਕਿਤੇ ਤੁਸੀਂ ਕੀਤਾ ਏ ਕਿਹੜਾ, ਉਹ ਕਹਿੰਦੇ ਮੈਂ ਦੋ ਤਿੰਨ ਵਾਰੀ ਫੋਨ ਲਾਇਆ, ਆਹੋ ਮੈਂ ਬਿਜ਼ੀ ਕੀਤਾ ਸੀ, ਕਿਹੜੀ ਗੱਲ ਨੂੰ ਕੀਤਾ ਸੀ ਸਭ, ਉਹ ਗੋਲੀ ਮਾਰ ਉਸ ਫੋਨ ਮੈਂ ਬੰਦ ਕਰਤਾ ਵਾ ਹੁਣ, ਤਾਂ ਹੀ ਨਹੀਂ ਲੱਗਣਾ ਉਹ, ਮੈਂ ਸਿਸਟਮ ਇਦਾਂ ਦਾ ਕਰਤਾ ਉੱਥੋਂ, ਬੜੀ ਵਾਰੀ ਉਹਨੇ ਟਰਾਈ ਕਰਨਾ, ਉਹ ਨੋਟਰੀ ਚ ਹੀ ਬੁਲਾਈ ਜਾਣਾ, ਤੂੰ ਇਦਾਂ ਕਰ ਮੈਂ ਫੋਨ ਕੱਢ ਕੇ ਲਿਆਉਂਦਾ ਵਾ, ਸਿਮ ਸੁਮ ਬਦਲ ਕੇ ਚਲਾਵਾਂਗੇ। ਕਿਹੜਾ ਫੋਨ, ਕੋਈ ਫੋਨ ਫਾਨ ਨਹੀਂ ਲੈਣਾ, ਆਈਫੋਨ ਤੁਹਾਨੂੰ ਪਤਾ ਨਾ ਉਹਦੇ ਕਿੰਨੇ ਫੰਕਸ਼ਨ ਹੁੰਦੇ, ਝੱਟ ਫੜਿਆ ਜਾਣਾ, ਤੂੰ ਕਿਉਂ ਮਰਨਾ ਨਾਲ ਮੈਨੂੰ ਵੀ ਲੈ ਕੇ ਡੁੱਬਣਾ ਵਾ, ਆਪ ਤੇ ਤੂੰ ਜਿਹੜਾ ਛੇਤੀ ਮਰਨ ਦੇ ਰੱਦੇ ਤੇਰੇ, ਤੇ ਫੜਿਆ ਜਾਣਾ ਬਾਅਦ ਚ, ਹੁਣੇ ਫੜਿਆ ਜਾਣੇ ਹੀ ਆਪਾਂ, ਕੀ ਕਰਨਾ ਫਿਰ ਫੋਨ ਦਾ, ਫੋਨ ਰਹਿਣ ਦੇ ਵਿੱਚ ਹੀ ਗੱਡੀ ਚ, ਆਹ ਤੇ ਰਹਿਣ ਦੇ ਫੋਨ ਗੱਡੀ, ਮੈਂ ਗੱਡੀ ਆ ਉਥੇ ਕਰਕੇ ਲਾ ਗਏ ਨਾ, ਤੇ ਫੋਨ ਲੈਣਾ ਕੱਢ ਕੇ ਇੱਧਰ ਸੁੱਟ ਦਿੰਨੇ ਆ ਫੋਨ, ਮੈਂ ਤੇ ਆਨੀ ਇੱਕ ਵਾਰੀ ਮੈਡਮ ਨੂੰ ਦੱਸ ਦਈਏ, ਕੀ ਦੱਸਣਾ, ਫਾ ਪਾਉਣਾ, ਜੇਲਾਂ ਮਖਾਉਣੀਆਂ ਮੈਨੂੰ, ਬਚਣਾ ਵਾ ਉਦਾਂ ਕਿਹੜਾ ਜੇਲ੍ਹ ਤੋਂ ਬਿਨਾਂ ਰਹਿ ਜਾਣਾ, ਉਹ ਚੱਲ ਵੱਖਰੀ ਗੱਲ ਆ, ਮੈਂ ਆ ਲਾ ਕੇ ਗੱਡੀ ਆ ਉਥੇ ਨਾ, ਆ ਗਿਆ ਹੀ ਹਾਂ ਆਪੇ, ਚੋਰ ਚੱਕੇ ਵਾਧੂ ਤੁਰੇ ਫਿਰਦੇ ਲੈ ਜਾਊ ਕੋਈ, ਤੇ ਗੱਡੀ ਤੇ ਫੋਨ ਵੀ ਜਿਹੜਾ ਲੈ ਗਿਆ ਨਾ, ਜਿਹੜਾ ਗੱਡੀ ਖੜੂ ਉਹਦੇ ਨਾਲ ਹੀ, ਮੈਂ ਤੇ ਕਹਿੰਦਾ ਗੱਡੀ 'ਚ ਰਹਿੰਦੀ ਉਹਦੇ ਨਾਲ ਹੀ ਫੋਨ ਚੱਲ ਜਾਣਾ, ਆਪਾਂ ਨਹੀਂ ਫਸਣਾ, ਆਪੇ ਉਹਨੇ ਫਸ ਜਾਣਾ ਜਿਹਨੇ ਗੱਡੀ ਖੜੀ, ਭਲਾ ਫਸਣਾ ਹੀ ਨਹੀਂ ਆਪਾਂ, ਇਹ ਜਿਹੜੇ ਨਾ ਕਿਤੇ ਚੋਰੀ ਕਦੇ ਵੀ ਲੋਕੀ ਨਹੀਂ ਰਹਿੰਦੀ, ਵੇਖੀ ਇੱਕ ਨਾ ਇੱਕ ਦਿਨ ਆਪਾਂ ਸਾਹਮਣੇ ਜ਼ਰੂਰ ਆਉਣਾ ਵਾ, ਮੈਂ ਤੇ ਕੁਛ ਕੀਤਾ ਵੀ ਨਹੀਂ ਤੇਰਾ ਸਾਥ ਦੇਣਾ ਫਾਲਤੂ ਦੀ, ਚੱਲ ਤੂੰ ਆਪਣਾ ਮੂਡ ਮੈਂ ਲੈ ਕੇ ਜਾਵਾਂ ਉੱਥੇ, ਲਾਵਾਂ ਤੇਰੀਆਂ ਬੜੀਆਂ ਗੱਲਾਂ, ਹਜੇ ਵੀ ਇੱਕ ਵਾਰੀ ਸਮਝ ਜਾ, ਹਜੇ ਵੀ ਮੌਕਾ, ਮੈਂ ਸਮਝਿਆ ਵਾ, ਮੈਨੂੰ ਡਰ ਲੱਗਣ ਡਿਆ, ਸਮਝ ਜੋ ਮੈਂ ਕੀ ਕਹਿਣ ਡਈ ਆ, ਇੱਕ ਵਾਰੀ ਮੰਨ ਲਓ ਮੇਰੀ ਗੱਲ, ਫੋਨ ਕਰ ਦਿੰਦੇ ਆ ਮੈਡਮ ਨੂੰ, ਵੇਖ ਲੈਂਦੇ ਆ ਜਾ ਕੇ ਉੱਥੇ ਜਿੱਥੇ ਸੁੱਟ ਕੇ ਆਏ ਸਰ ਨੂੰ,
ਚੁੱਕ ਲੈਨੇ ਆ ਉੱਥੋਂ। ਚਕਾਵਾਂ ਤੈਨੂੰ ਮੈਂ, ਚਕਾਵਾਂ ਇੱਥੇ। ਮੈਂ ਕੁਛ ਵੀ ਨਹੀਂ ਕਿਹਾ, ਬਸ ਇੰਨਾ ਹੀ ਕਿਹਾ ਜਾ ਕੇ ਵੇਖ ਆਈਏ। ਕੀ ਵੇਖ ਆਈਏ, ਜਦੋਂ ਮਾਰਤਾ ਤੇ ਮਾਰਤਾ, ਜਿਹੜੇ ਮਾੜੇ ਮੋਟੇ ਸਾੜ ਕੇ ਆ ਆਪੇ ਨਿਕਲ ਜਾਣਗੇ। ਤੂੰ ਵੱਡੀ ਬਣੀ ਫਿਰਦੀ ਹੇਜ ਵੀ ਉਹਦੀ। ਹਾਏ ਇਹੋ ਜਿੰਨੀ ਠੰਡ ਪੈਣ ਦੀ ਆਕੜ ਜਾਣਾ ਬੰਦੇ ਨੇ ਉਹਨੇ। ਤੇ ਮਰਿਆ ਬੰਦਾ ਭਾਵੇਂ ਆਕੜੇ ਭਾਵੇਂ ਜੋ ਮਰਜੀ ਹੋਵੇ, ਉਹਨਾਂ ਨਾਲ ਤੈਨੂੰ ਕੀ ਮਤਲਬ ਆ? ਕਿੱਥੋਂ ਆਏ ਸਾਹ ਚੱਲਣ ਦੇ ਸਰੀਰ ਤੇ, ਉਦਾਂ ਹੀ ਗਰਮ ਹੀ। ਲੱਦਰ ਮੰਨ ਲਓ ਮੇਰੀ ਗੱਲ, ਮੈਂ ਕਹਿਣ ਡਈ ਤੁਹਾਨੂੰ। ਕਿੰਨੀਆਂ ਕਮੰਨਾ? ਕਿਹੜੀ ਮੰਨਦੀ? ਮੈਨੂੰ ਆਪਣੀ ਮਰਜ਼ੀ ਕਰ ਲੈਂਦੇ ਹੁਣ ਆਹ ਕੰਮ 'ਚ, ਮੈਨੂੰ ਆਪਣੀ ਮਰਜ਼ੀ। ਕਿਹੜੀ ਮਰਜ਼ੀ? ਬਹੁਤ ਗਾੜੀ ਸਹੀ ਕੰਮ ਆ ਨਾ ਜਿਹੜੀ ਤੁਸੀਂ ਆਪਣੀ ਮਰਜ਼ੀ ਕਰਨ ਡਏ ਜੇ। ਸਹੀ ਆ, ਠੀਕ ਆ। ਫੋਨ ਮੈਂ ਕਿਹਾ ਲੈ ਹੀ ਜਾਣੇ, ਬਾਰੀ ਰਹਿੰਦੇ ਨੇ ਖੁੱਲ੍ਹੇ ਅਤੇ ਚੱਲ ਚੱਲ ਆ ਜਾ ਗਾਂ। ਹਾਏ ਤੁਸੀਂ ਫੋਨ ਫਿਰ ਲੈਂਦਾ ਵਾ, ਇਹ ਕੀ ਕਰਨਾ ਲੈਂਦਾ? ਫੜਾਓ ਮੈਨੂੰ ਮਿੱਤਰ, ਫੜਾਓ। ਚੰਗੀ ਤਰ੍ਹਾਂ ਤੈਨੂੰ ਮਾਰ ਕੇ ਪਾ ਦਿੰਦਾ ਨਹਿਰੇ ਉਹਦੇ ਨਾਲ ਹੀ। ਚੱਲ ਆ ਵੀ ਸਾਬੀ, ਤੂੰ ਬਣਦੀ ਤੂੰ, ਮੈਂ ਦਾਤਾ ਹੀ ਮਾਰ ਕੇ ਚਪੇੜਨਾ ਤੈਨੂੰ ਮੈਂ। ਆ ਪਾਥੀਆਂ ਇੱਥੇ ਵਾਧੂ, ਨਾਲੇ ਅੱਗ ਲਾ ਦੂੰਗਾ। ਛੱਡ ਦੋ ਮੈਨੂੰ, ਨਹੀਂ ਕੁਛ। ਚੱਲ ਫਿਰ, ਚਾਬੀ ਦੇ ਮੋਪੜ ਦੀ ਕਿੱਥੇ ਆ? ਉਹਦੇ ਵਿੱਚ ਹੀ ਲੱਗੀ ਮੋਪੜ। ਚੱਲ ਆ ਸਾਬੀ, ਮੰਨ ਲਓ ਮੇਰੀ ਗੱਲ। ਚੱਲ ਮੈਂ ਉਹਦਾ ਹੀ ਖਾਧਾ ਵਾ ਉੱਥੇ ਨੌਕਰੀ ਕਰਕੇ, ਤੂੰ ਨਹੀਂ ਮੈਨੂੰ ਖਾਣ ਨੂੰ ਦੇ ਕੇ ਗਿਆ ਇੱਥੇ? ਸਾਰਾ ਕੁਝ ਤੂੰ ਮੈਨੂੰ ਬਣਾਇਆ, ਮੈਂ ਬਣਾਇਆ ਵਾ ਉੱਥੇ? ਨਹੀਂ, ਨਾ ਨੌਕਰੀ ਕਰਦੀ ਤੇ ਨਾ ਉਹ ਮਰਦਾ, ਤੇਰੀ ਪੇਟ ਚੜਿਆ ਵਾ। ਪੂਰੀ ਚ ਕਰਨੀ ਪਈ ਸੀ, ਠੀਕ ਆ, ਤੂੰ ਮੈਨੂੰ ਦਿੱਤਾ ਨਹੀਂ ਖਾਣ ਨੂੰ। ਤੂੰ ਮੇਰੇ ਕੋਲ ਹੁਣੇ ਨਾ ਕੋ ਕਰਵਾਣੀ ਇੱਥੇ, ਤੂੰ ਬਹਿ ਪਿੱਛੇ ਚੱਲ, ਸੁੱਟ ਜਾ ਜਿੰਨੀ ਤੂੰ ਮੈਨੂੰ ਗੁਨਾਹਗਾਰ ਕਰਤਾ ਵਾ ਆਪਣੇ ਨਾਲ। ਤੂੰ ਪਿੱਛੇ ਬਹਿ ਤੇ ਚੱਲ, ਚੱਲੀਏ ਆਪਣੇ ਘਰ। ਕਿਹੜਾ ਘਰ? ਮੇਰਾ ਤਾਂ ਕੋਈ ਘਰ ਹੀ ਨਹੀਂ ਰਹਿਣ ਤਾ ਹੁਣ ਤੂੰ ਗੁਨਾਹਗਾਰ ਕਰਤਾ ਨਾਲ ਮੈਨੂੰ ਵੀ, ਗੁਨਾਹਗਾਰ ਕਰਤਾ ਨਾਲ ਮੈਨੂੰ ਵੀ। ਮੇਹਰ ਭਰਿਆ ਹੱਥ ਰੱਖੋ, ਉਹਨਾਂ ਦੀ ਲੰਮੀ ਉਮਰ ਕਰਿਓ ਤੁਸੀਂ।
ਪਤਾ ਨਹੀਂ ਕਿਉਂ ਅਜੀਬ ਜਿਹਾ, ਜਾਂ ਤਾਂ ਗੱਲਾਂ ਸੁਣ ਕੇ ਹੋਈ ਜਾਣ ਡਿਆ, ਅਤੇ ਜਾਂ ਕਦੀ ਇੰਨੀ ਲੇਟ ਨਹੀਂ ਆਏ, ਦੱਸੇ ਤੋਂ ਬਿਨਾਂ ਘਰ ਬਾਹਰ ਨਹੀਂ ਰਹੇ ਕਦੀ। ਦਿਲ ਡੁੱਬਦਾ ਡੁੱਬਦਾ ਜੇ ਜਾਣ ਡਿਆ। ਵਾਹਿਗੁਰੂ ਤੁਹਾਡਾ ਹੀ ਆਸਰਾ ਸਾਹਿਬ ਜੀ, ਮੈਨੂੰ ਪਾਠ ਹੀ ਕਰਦੀ ਹਾਂ, ਨਹੀਂ ਤਾਂ ਮਨ ਦੇ ਵਿੱਚ ਤਾਂ ਇੱਦਾਂ ਦੇ ਖਿਆਲ ਆਈ ਜਾਣੇ। ਆ ਜਾ ਆ ਜਾ ਗਾ, ਤੂੰ ਟਾਈਮ ਵੀ ਬੜਾ ਲਾਤਾ, ਉੱਥੇ ਬੰਦੇ ਡੀਕਣ ਡੇ ਪਿੰਡ ਮੈਨੂੰ। 6-7 ਕਿਲੋ ਦੁੱਧ ਪਿਆ ਰਾਤ ਦਾ ਸਵੇਰ ਦਾ, ਟੱਬਰ ਹੋ ਗਏ ਜੀ, ਹੁਣ ਤੇ ਚੀਜ਼ ਮੁੱਕ ਗਈ। ਤੂੰ ਵੀ ਪਾ ਲਿਉਣੀ, ਮੁੰਡੇ ਮੇਰੇ ਵਿਚਾਰੇ ਨੂੰ ਕਦੇ ਸਵੇਰੇ ਕੱਲ ਚਾਹ ਨਹੀਂ ਪੀਣੀ ਨਸੀਬ ਹੋਈ, ਕਿੱਦਾਂ ਵਿਚਾਰਾ ਘਰੋਂ ਗਿਆ, ਕਿਤੇ ਪੈਸਿਆਂ ਕੋਲੋਂ ਵੀ ਤਰਲੇ ਲੈ ਕੇ ਗਿਆ ਤੇ ਚਾਹ ਕੋਲੋਂ ਵੀ ਤਰਲੇ ਲੈ ਕੇ ਗਿਆ। ਮੈਂ ਤੈਨੂੰ ਆਖਣ ਡਿਆ ਵਾ ਤੂੰ ਸੇਵੀਆਂ ਪਾ ਲਿਆਉਣੀਆਂ ਸੀ। ਕੋਈ ਨੀ, ਮੈਂ ਖਾ ਲੈਣੀ ਬਾਅਦ ਚ। ਮੈਨੂੰ ਤੇਰਾ ਪਤਾ ਵਾ, ਜਿਹੜੀ ਤੂੰ ਸੋਚਿਆ ਡੁੱਬੀ ਆ ਨਾ, ਮੈਨੂੰ ਸਾਰੀਆਂ ਸੋਚਾਂ ਦਾ ਤੇਰੀਆਂ ਦਾ ਪਤਾ ਵਾ, ਕਿੱਥੇ ਡੁੱਬੀ ਤੂੰ ਸੋਚ। ਧੀਆਂ ਪੁੱਤਾਂ ਵਾਸਤੇ ਮਾਪੇ ਕੀ ਕਰਦੇ ਆ ਪਤਾ ਹੀ ਆ ਨਾ ਤੈਨੂੰ, ਖੂਹੀ ਜਾਲ ਪਾਈਦਾ ਧੀਆਂ ਪੁੱਤਾਂ ਵਾਸਤੇ। ਇਹੋ ਧੀਆਂ ਪੁੱਤ ਵੱਡੇ ਹੋ ਕੇ ਸਾਡੇ ਕਹਿਣੇ ਨਾ ਮੰਨਣ ਤੇ ਕੀ ਫਾਇਦਾ ਸਾਨੂੰ। ਮੈਨੂੰ ਦੁੱਖ ਘੱਟ ਨਹੀਂ ਗਾ, ਮੈਂ ਤੇਰੇ ਦੁੱਖ ਨੂੰ ਸਮਝਦਾ, ਤੇਰੇ ਦਰਦ ਨੂੰ ਮੈਂ ਸਮਝਦਾ, ਜਾਂ ਪਾ ਲਿਆ ਤੂੰ ਵੀ। ਮੈਂ ਚੱਲਿਆ ਹੀ ਉਹ ਪਿੰਡ ਨੂੰ, ਬਾਕੀ ਐਵੇਂ ਨਾ ਹੀ ਨਹੀਂ ਟੈਨਸ਼ਨ ਲਈ ਜਾ, ਜਿੰਨਾ ਕਹਿੰਦੇ ਹੁੰਦੇ ਮੂੰਹ ਨੂੰ ਲਾਏ ਹੁੰਦੇ ਸਿਰ ਨੂੰ ਪਾਏ। ਕੋਈ ਗੱਲ ਨਹੀਂ ਕੀ ਹੁੰਦੀ, ਪਹਾੜ ਨਹੀਂ ਡਿੱਗ ਪੈਣ ਲੱਗਾ ਉੱਤੇ, ਉਹ ਲੈ ਚੁੱਕੇ ਪਾਰਟੀ। ਕੱਲ੍ਹ ਮੁੰਡਾ ਨਹੀਂ ਆਇਆ ਮੈਨੂੰ ਲੈਣ, ਤੂੰ ਆਹ ਡੈਡੀ ਸਾਹਿਬ ਮੈਂ ਉਹਨੂੰ ਆਖਿਆ ਸਵੇਰੇ ਆਊਂਗਾ, ਹੁਣ ਮੈਂ ਉੱਧਰ ਚੱਲਿਆ ਹੀ ਹਾਂ, ਉਹ ਲੈ ਆ ਪਾਰਟੀ। ਹਾਂਜੀ
ਆਹ ਕਿਹੜਾ ਨੌਜਵਾਨ ਪਿਆ ਹੈ ਵੇ ਕਿੱਡਾ ਤਕੜਾ ਨੌਜਵਾਨ ਹੀ ਉਹ ਵੇਖਦੀ ਨਸ਼ੇ ਨੇ ਕਿੱਦਾਂ ਮੱਤ ਮਾਰੀ ਆ ਮਾਪੇ ਇਹਦੇ ਘਰ ਲੱਭਦੇ ਫਿਰਦੇ ਹੋਣੇ ਇਹਨੂੰ ਇਹ ਨਸ਼ਾ ਕਰਕੇ ਤੇ ਨਹਿਰ ਦੇ ਕੰਢੇ ਦੇ ਪਿਆ ਹੀ ਉਹ ਜਵਾਨਾ ਉਹ ਜਵਾਨਾ